ਸਾਡੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ। ਚੰਦੂ ਮਾਜਰਾ ਸਾਹਿਬ, ਤੁਸੀਂ ਜਿਸ ਤਰ੍ਹਾਂ ਦਾ ਜ਼ਿਕਰ ਕਰਦੇ ਸੀ ਕਿ ਵਿਧੀ ਵਿਧਾਨ ਦੇ ਮੁਤਾਬਕ ਮਾਫ਼ੀ ਮੰਗਣੀ ਚਾਹੀਦੀ ਹੈ, ਸੁਖਬੀਰ ਸਿੰਘ ਬਾਦਲ ਵਾਲਾ ਉਹ ਪੱਤਰ ਹੈ ਜਿਹੜਾ ਉਹ ਸਾਹਮਣੇ ਆ ਗਿਆ ਔਰ ਉਹਨਾਂ ਨੇ ਕਿਹਾ ਕਿ ਮੈਂ ਖਿਮਾ ਯਾਚਨਾ ਜਿਹੜਾ ਹੈਗਾ ਮੰਗਦਾ, ਔਰ ਸਾਫ਼ ਤੌਰ 'ਤੇ ਉਹਨਾਂ ਨੇ ਕਿਹਾ ਕਿ ਚਾਹੇ ਪਾਰਟੀ ਚਾਹੇ ਸਰਕਾਰ ਦੌਰਾਨ ਜੋ ਵੀ ਚੇਤ ਅਚੇਤ ਗਲਤੀਆਂ ਹੋਈਆਂ ਉਹਦੇ ਲਈ ਮੈਂ ਖਿਮਾ ਦਾ ਯਾਚਕ ਹਾਂ। ਮੈਂ ਸਮਝਦਾ ਕਿ ਸਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਗੁਪਤ ਲਿਫਾਫਾ ਖੋਲ੍ਹਣ ਤੋਂ ਬਾਅਦ ਜੋ ਗੱਲ ਸਾਹਮਣੇ ਆਈ ਆ ਕਿ ਸਾਰੀਆਂ ਗਲਤੀਆਂ ਅਤੇ ਜੋ ਕਿਸਾਈਆਂ ਲਾਪਰਵਾਹੀਆਂ ਜਿਨ੍ਹਾਂ ਦਾ ਜ਼ਿਕਰ ਅਸੀਂ ਕੀਤਾ ਸੀ ਅਤੇ ਉਹ ਸਾਰੀਆਂ ਉਹਨਾਂ ਨੇ ਆਪਣੀ ਝੋਲੀ 'ਚ ਪਾਈਆਂ ਨੇ, ਤਾਂ ਚੰਗੀ ਗੱਲ ਆ। ਮੈਂ ਸਮਝਦਾ ਇਹੀ ਗੱਲ ਅਸੀਂ ਕਹਿੰਦੇ ਸੀ, ਇਸੇ ਗੱਲ ਨੂੰ ਕਿਤੇ ਕਹੀ ਗਏ ਬੀਜੇਪੀ ਦੀ ਸਾਜਿਸ਼ਾ, ਇਸੇ ਗੱਲ ਨੂੰ ਕਹੀ ਗਏ ਆਰਐਸਐਸ ਦੀ ਸਾਜਿਸ਼ਾ, ਇਸੇ ਗੱਲ ਨੂੰ ਕਹੀ ਗਏ ਕਾਂਗਰਸ ਦੀ ਸਾਜਿਸ਼ਾ। ਅਤੇ ਅੱਜ ਸੱਚ ਮੰਨ ਕੇ ਜੇ ਉਹ ਸਾਰੀਆਂ ਗਲਤੀਆਂ ਲਾਪਰਵਾਹੀਆਂ ਕਿਤਾਈਆਂ ਨੂੰ ਆਪਣੇ ਪੱਲੇ ਪਾਇਆ ਉਹਨਾਂ ਨੇ ਤਾਂ ਚੰਗੀ ਗੱਲ ਆ। ਹੁਣ ਵਿਧੀ ਵਿਧਾਨ ਮਰਿਆਦਾ ਮੁਤਾਬਕ ਜਥੇਦਾਰ ਸਾਹਿਬਾਨ ਕੀ ਫੈਸਲਾ ਕਰਦੇ ਨੇ ਇਹਨਾਂ ਗਲਤੀਆਂ ਬਦਲੇ, ਇਹ ਉਹਨਾਂ 'ਤੇ ਡਿਪੈਂਡ ਕਰਦਾ। ਪਰ ਨਾਲ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਉਹ ਤੋਂ ਬਾਅਦ ਬਹੁਤ ਸਾਰੀਆਂ ਨਵੀਆਂ ਗੱਲਾਂ ਸਾਹਮਣੇ ਆ ਗਈਆਂ ਅਤੇ ਨਵੀਆਂ ਗੱਲਾਂ ਸਾਹਮਣੇ ਆਉਣ ਨਾਲ ਉਹ ਵੀ ਹੁਣ ਨਾਲ ਹੀ ਨਿਬੇੜਨੀਆਂ ਪੈਣਗੀਆਂ, ਕਿਉਂਕਿ ਅੱਜ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹਦਾ ਸ੍ਰੀ ਅਕਾਲ ਤਖ਼ਤ ਸਾਹਿਬ ਹੋਣਾ ਤੋਂ ਨਵੀਆਂ ਗੱਲਾਂ ਰੱਖੀਆਂ ਨੇ ਜਿਹੜੇ ਨਵੇਂ ਸੱਚ ਪ੍ਰਗਟ ਹੋਏ ਨੇ। ਇਹ ਸਾਰੀਆਂ ਗੱਲਾਂ ਦਾ ਮਤਲਬ ਜਿਹੜਾ ਹੈ ਨਿਚੋੜ ਜਿਹੜਾ ਹੈ ਉਹ ਮੇਰਾ ਖਿਆਲ ਆ ਉੱਥੇ ਹੀ ਨਿਬੜਨਾ ਜਿੱਥੇ ਪੰਥ ਚਾਹੁੰਦਾ। ਤੁਸੀਂ ਜਿਸ ਤਰ੍ਹਾਂ ਵਿਧੀ ਵਿਧਾਨ ਰਾਹੀਂ ਮਾਫ਼ੀ ਔਰ ਉਸ ਤੋਂ ਬਾਅਦ ਤੁਸੀਂ ਉਹ ਮਾਫ਼ੀ ਵਾਲਾ ਪੱਤਰ ਜਿਹੜਾ ਉਹ ਜਨਤਕ ਕਰਨ ਦੀ ਗੱਲ ਕਰ ਰਹੇ ਸੀ, ਉਹ ਸਾਰਾ ਕੁਝ ਹੋ ਗਿਆ, ਤਾਂ ਫਿਰ ਕੀ ਹੁਣ ਤੁਸੀਂ ਜਿਹੜੇ ਰੁਸ ਕੇ ਵੱਖ ਹੋਏ ਸੀ ਜਾਂ ਤੁਹਾਨੂੰ ਬਾਹਰ ਕੀਤਾ ਗਿਆ ਤਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਉਹ ਗਿਲੇ ਸ਼ਿਕਵੇ ਤੁਹਾਡੇ ਦੂਰ ਹੋ ਜਾਣਗੇ ਤੇ ਕੌਮ ਦੇ ਨਾਲ ਦੂਰ ਹੋ ਜਾਣਗੇ? ਤਾਂ ਅਸੀਂ ਤਾਂ ਆਪਣੀਆਂ ਗਲਤੀਆਂ ਦੇ ਵਾਸਤੇ ਗਏ ਸੀ ਖਿਮਾ ਯਾਚਕਾਂ ਲਈ, ਅਸੀਂ ਤਾਂ ਸੁਖਬੀਰ ਸਿੰਘ ਬਾਦਲ ਲਈ ਵਾਸਤੇ ਨਹੀਂ ਕੋਈ ਕਹਿਣ ਗਏ ਸੀ ਵੀ ਉਹ ਖਿਮਾ ਯਾਚਕਾਂ ਨੂੰ, ਤਾਂ ਜਥੇਦਾਰ ਸਾਹਿਬ ਨੇ ਆਪ ਜਦੋਂ ਦੇਖਿਆ ਵੀ ਤਾਂ ਬਹੁਤ ਵੱਡੀਆਂ ਗਲਤੀਆਂ ਨੇ, ਤਾਂ ਉਹਨਾਂ ਨੇ ਸਪਸ਼ਟੀਕਰਨ ਮੰਗਿਆ, ਤਾਂ ਸਰ ਸੁਖਬੀਰ ਸਿੰਘ ਬਾਦਲ ਨੂੰ ਹੁਣ ਸੱਚ ਕਹਿਣਾ ਪਿਆ ਵੀ ਗਲਤੀਆਂ ਸਾਰੀਆਂ ਜੋ ਹੋਈਆਂ ਉਹ ਸੱਚ ਨੇ ਤੇ ਉਹਨਾਂ ਦੀ ਉਹ ਆਪਣੇ ਪੱਲੇ ਪਾਇਆ ਉਹਨਾਂ ਨੇ ਸਾਰੀਆਂ ਗਲਤੀਆਂ ਨੂੰ। ਪਰ ਨਾਲ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜਾ ਝੁੰਦਾ ਕਮੇਟੀ ਦੇ ਵਿੱਚ ਜੋ ਸੱਚ ਸਾਹਮਣੇ ਵਰਕਰਾਂ ਨੇ ਲਿਆਂਦਾ, ਪੰਜਾਬ ਦੇ ਲੋਕਾਂ ਨੇ ਵਾਰ ਵਾਰ ਫਤਵਾ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿਰੋਧ 'ਚ ਦਿੱਤਾ ਅਤੇ ਇੱਥੇ ਤੱਕ ਕਿਹਾ ਕਿ ਅਕਾਲੀ ਦਲ ਜੇ ਮੁੜ ਕੇ ਜੀਵਤ ਕਰਨਾ ਤਾਂ ਸਰ ਸੁਖਬੀਰ ਸਿੰਘ ਬਾਦਲ ਨੂੰ ਮਤਲਬ ਪ੍ਰਧਾਨਗੀ ਤਿਆਗਣੀ ਪਏਗੀ, ਉਹ ਗੱਲ ਕਰੇ ਬਿਨਾਂ ਅਤੇ ਆਹ ਜਿਹੜੀਆਂ ਨਵੀਆਂ ਗੱਲਾਂ ਆ ਗਈਆਂ ਇਹਨਾਂ ਦਾ ਨਿਬੇੜਾ ਕਰੇ ਬਿਨਾਂ ਤਾਂ ਮੇਰਾ ਖਿਆਲ ਕਿਸੇ ਦੀ ਤਸੱਲੀ ਨਹੀਂ ਹੋ ਸਕਦੀ, ਜਥੇਦਾਰ ਸਾਹਿਬ ਦੀ ਨਹੀਂ ਹੋ ਸਕਦੀ। ਜਥੇਦਾਰ ਸਾਹਿਬ ਵੀ ਜਦੋਂ ਇਸਦੀਆਂ ਗੱਲਾਂ ਜਿਹੜੀਆਂ ਹੁਣ ਸਾਹਮਣੇ ਆਈਆਂ ਨੇ ਜੋ ਇੱਕ ਡੇਰਾ ਸਰਸਾ ਵਾਲਿਆਂ ਨਾਲ ਸਾਂਝਾ ਅੰਦਰ ਖਾਤੇ ਜੱਗ ਜਾਹਰ ਹੋਈਆਂ ਨੇ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅਦਬੀ ਕੀਤੀ, ਜਿਹੜਾ ਬੇਅਦਬੀ ਦਾ ਦੋਸ਼ੀ ਆ ਉਹਨੂੰ ਵਿਚੋਲਾ ਬਣਾ ਲਿਆ, ਉਹਨੂੰ ਘਰੇ ਬਿਠਾ ਲਿਆ, ਉਹਦੇ ਨਾਲ ਚਿੱਠੀਆਂ ਆਦਾਨ ਪ੍ਰਦਾਨ ਉਹਦੇ ਰਾਹੀਂ ਕਰਵਾ ਲਈਆਂ, ਇਹ ਗੱਲਾਂ ਸਾਹਮਣੇ ਆਉਣ ਨਾਲ ਤਾਂ ਹੁਣ ਜਥੇਦਾਰ ਸਾਹਿਬਾਨ ਵੀ ਕਿਵੇਂ ਚੁੱਪ ਰਹਿ ਸਕਦੇ ਨੇ? ਇਹ ਨਵੇਂ ਰਾਜ ਖੁੱਲ੍ਹੇ ਨੇ, ਔਰ ਹੁਣ ਤਾਂ ਸਾਹਿਬ ਬਿਰਸਾ ਸਿੰਘ ਵਡੋਹੇ ਨੇ ਇੱਕ ਨਵੀਓ ਗੱਲ ਕਰਤੀ ਵੀ ਜਿਹੜਾ ਰਣਵੀਰ ਖੱਟੜਾ ਜੀ ਨੇ ਕਹਿੰਦੇ ਉਹਨੇ ਨੌਜਵਾਨਾਂ ਦੇ ਖੂਨ ਨਾਲ ਹੱਥ ਰੰਗੇ ਹੋਏ ਨੇ, ਮਤਲਬ ਜੇ ਉਹਨੇ ਹੱਥ ਰੰਗੇ ਨੇ ਤੇ ਉਹਦੀਆਂ ਪੋਸਟਰਾਂ ਪੋਸਟਿੰਗ ਤਾਂ ਸਰ ਸੁਖਬੀਰ ਸਿੰਘ ਬਾਦਲ ਕਰਦੇ ਰਹੇ ਬਤੌਰ ਗ੍ਰਹਿ ਮੰਤਰੀ, ਉਹਦੇ ਲੜ ਬੇਟੇ ਨੂੰ ਟਿਕਟ ਸਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਦਿੱਤਾ, ਇਹਦਾ ਮਤਲਬ ਵੀ ਉਹ ਸਾਰੇ ਨੌਜਵਾਨਾਂ ਦੇ ਖੂਨ ਨਾਲ ਹੱਥ ਰੰਗਣ ਦੇ ਵਿੱਚ ਬਤੌਰ ਗ੍ਰਹਿ ਮੰਤਰੀ ਫਿਰ ਦੋਸ਼ੀ ਦਾ ਸਰ ਸੁਖਬੀਰ ਸਿੰਘ ਬਾਦਲ ਨੂੰ ਠਹਿਰਾਤਾ ਬਰਦੋਹਾ ਸਾਹਿਬ ਨੇ। ਸੋ ਇਹ ਨਵੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇੱਕ ਤੋਂ ਬਾਅਦ ਦੂਜੇ
ਪਰਤਾਂ ਖੁੱਲ ਰਹੀਆਂ ਨੇ। ਇਹ ਪਰਤਾਂ ਦਾ ਨਿਬੇੜਾ ਤਾਂ ਮਤਲਬ ਕਿਸੇ ਕੰਢੇ ਇਲਾਕੇ ਹੋਏਗਾ। ਚੰਦੂਮਾਨ ਸਾਹਿਬ, ਇਹਦਾ ਮਤਲਬ ਕਿ ਜੇ ਸੁਖਬੀਰ ਸਿੰਘ ਬਾਦਲ ਨੇ ਇੱਕ ਚੀਜ਼ ਦੀ ਮਾਫ਼ੀ ਮੰਗੀ ਜਾਂ ਕਿਮਾ ਜਾਜ ਨਾਲ ਪੱਤਰ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਤੁਹਾਡਾ ਕਹਿਣਾ ਹੈ ਕਿ ਪਰਤ ਦਰ ਪਰਤ ਹੁਣ ਤੁਸੀਂ ਵੀ ਜਿਹੜਾ ਹੈਗਾ ਅੱਗੇ ਵੱਲ ਨੂੰ ਜਾ ਰਹੇ ਹੋ? ਅਸੀਂ ਨਹੀਂ ਜਾ ਰਹੇ, ਇਹ ਕੁਦਰਤ ਕਰਾ ਰਹੀ ਹੈ ਜਾਂ ਕਈ ਵਾਰੀ ਜੋ ਗੱਲਾਂ ਹੁੰਦੀਆਂ ਉਹ ਸਾਹਮਣੇ ਆਈ ਜਾ ਰਹੀਆਂ। ਇਹਦੇ ਅਸੀਂ ਤਾਂ ਕੋਈ ਇੱਕ ਵੀ ਗੱਲ ਨਹੀਂ ਕਹੀ। ਸਾਡੇ ਵੱਲੋਂ ਤਾਂ ਸਵੈ ਪਹਿਲਾਂ ਆਪਣੀ ਖਿਮਾ ਜਾਇਜ਼ਗਾ ਲਈ ਪੱਤਰ ਲਿਖਣ ਤੋਂ ਬਾਅਦ ਉਹ ਤੋਂ ਬਾਅਦ ਤਾਂ ਫਿਰ ਇਹੀ ਆਪਣੀਆਂ ਗੱਲਾਂ ਕਰਦੇ ਰਹੇ, ਸਾਡੇ ਵੱਲੋਂ ਤਾਂ ਕੋਈ ਗੱਲ ਨਹੀਂ ਹੋਈ। ਪਰ ਖਿਮਾ ਜਾਚਨਾ ਵਾਲਾ ਐਪੀਸੋਡ ਜਾਂ ਉਹ ਮਾਫ਼ੀ ਅਗਰ ਅਕਾਲ ਤਖ਼ਤ ਸਾਹਿਬ 'ਚ ਜਦੋਂ ਪੇਸ਼ ਹੁੰਦੇ ਨੇ, ਚਾਹੇ ਉਹਨਾਂ ਨੂੰ ਉਹ ਜੋ ਵੀ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਔਰ ਉਹਨਾਂ ਦਾ ਅਧਿਕਾਰ ਖੇਤਰ ਹੈ, ਜੋ ਵੀ ਉੱਥੇ ਫੈਸਲਾ ਹੁੰਦਾ, ਤਾਂ ਕੀ ਉਸ ਤੋਂ ਬਾਅਦ ਫਿਰ ਜੇ ਸੁਖਬੀਰ ਸਿੰਘ ਬਾਦਲ ਸਮੂਹ ਸੰਗਤ ਤੋਂ ਖੁੱਲ੍ਹ ਕੇ ਮਾਫ਼ੀ ਮੰਗ ਲੈਂਦੇ ਨੇ, ਸਪਸ਼ਟ ਕਰ ਦਿੰਦੇ ਨੇ, ਤਾਂ ਫਿਰ ਕੀ ਤੁਸੀਂ ਉਹਨਾਂ ਨੂੰ ਐਜ਼ ਏ ਪ੍ਰਧਾਨ ਸਵੀਕਾਰ ਕਰੋਗੇ ਅਕਾਲੀ ਦਲ ਦਾ? ਹੁਣ ਆਪਾਂ ਕੀ ਕਹਿ ਸਕਦੇ ਹਾਂ ਵੀ ਇਕੱਲੇ ਮਾਫ਼ੀ ਮੰਗਣ ਜਥੇਦਾਰ ਸਾਹਿਬ ਕੀ ਫੈਸਲਾ ਕਰਦੇ ਨੇ, ਕਿਉਂਕਿ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ, ਉਹਦੇ ਘਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਆ ਕੇ ਮਤਲਬ ਇੱਕ ਵਿਚੋਲਗੀ ਕਰਨ, ਚਿੱਠੀਆਂ ਦਾ ਆਦਾਨ ਪ੍ਰਦਾਨ ਕਰਨ, ਚਿੱਠੀਆਂ 'ਚ ਸੋਧ ਵੀ ਆਪੇ ਕਰਨ, ਹਿੰਦੀ ਦੀ ਪੰਜਾਬੀ ਵੀ ਆਪੇ ਬਣਾ ਕੇ ਅਤੇ ਦਸਤਖਤ ਵੀ ਆਪੇ ਕਰਕੇ ਜਥੇਦਾਰ ਸਾਹਿਬ ਦੇ ਸਾਹਮਣੇ ਲਿਜਾਣ, ਉਹ ਗੱਲਾਂ ਤਾਂ ਬਹੁਤ ਹੈਰਾਨੀ ਵਾਲੀਆਂ ਅਤੇ ਹਿਰਦੇ ਬਲੁੰਦਰ ਵਾਲੀਆਂ ਨੇ। ਅਤੇ ਫਿਰ ਇਹ ਗੱਲਾਂ ਦਾ ਨਿਚੋੜ ਜਥੇਦਾਰ ਸਾਹਿਬਾਨ ਕਿੱਥੇ ਕੱਢਦੇ ਨੇ, ਕੀ ਕੱਢਦੇ ਨੇ? ਮੈਂ ਸਮਝਦਾ ਕਿ ਇਹ ਖਾਲਸਾ ਪੰਥ ਦੀਆਂ ਭਾਵਨਾਵਾਂ ਦੀ ਮਤਲਬ ਤਸੱਲੀ ਕਹਿ ਸਕਦਾ ਕਰੇ ਬਿਨਾਂ ਮੈਂ ਨਹੀਂ ਸਮਝਦਾ ਵੀ ਕੋਈ ਗੱਲ ਸਿਰੇ ਨਿਕਲੇਗੀ। ਅੱਜ ਵੀ ਸੈਮੀਨਾਰ ਦੇ ਵਿੱਚ ਵੀ ਇਹੀ ਗੱਲ ਨਿਕਲ ਕੇ ਆਈ ਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾ ਇੱਕ ਸੇਧ ਦਿੰਦੇ ਰਹੇ ਨੇ, ਹਮੇਸ਼ਾ ਐਸੇ ਸਮਿਆਂ ਤੇ ਮਤਲਬ ਇੱਕ ਰਾਹ ਦਿਖਾਉਂਦੇ ਰਹੇ ਨੇ। ਔਰ ਹੁਣ ਰਾਹ ਜਿਹੜੇ ਬੰਦ ਹੋਏ ਨੇ, ਚਾਹੇ ਕਹਿ ਲਓ ਜੇ ਲੀਡਰਲੈਸ ਕੌਮ ਹੋਈ ਆ, ਜੇ ਮਤਲਬ ਇੱਕ ਕਿਸਮ ਦੀ ਮਤਲਬ ਹੈਡਲੈਸ ਕੌਮ ਜਿਹੜੀ ਹੋਈ ਆ, ਵੀ ਮਤਲਬ ਇੱਕ ਪਾਰਟੀ ਦਾ ਪ੍ਰਧਾਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਰਿਹਾ, ਤੇ ਉਹਦੇ ਤੇ ਕੁਦਰਤੀ ਤੌਰ ਤੇ ਨੋਟਿਸ ਬਣਦਾ ਹੀ ਹੈ, ਲੈਣਾ ਤਾਂ ਲੈ ਹੀ ਜਾਏਗਾ। ਨਿਬੇੜਾ ਫਿਰ ਕਿਵੇਂ ਹੋਏਗਾ ਪੂਰੇ ਮਸਲੇ ਦਾ? ਨਿਬੇੜਾ ਤਾਂ ਇੱਕ ਗੱਲ 'ਚ ਹੀ ਹੋ ਸਕਦਾ, ਜੋ ਲੋਕ ਚਾਹੁੰਦੇ ਨੇ, ਪੰਥ ਚਾਹੁੰਦਾ, ਕਿਉਂਕਿ ਸਾਹ ਸੁਖਬੀਰ ਸਿੰਘ ਬਾਦਲ ਦੀ ਮਤਲਬ ਅਗਵਾਈ ਦੇ ਵਿੱਚ ਮਤਲਬ ਕੁਦਰਤੀ ਤੌਰ ਤੇ ਜਦੋਂ ਐਸੇ ਗੱਲਾਂ ਸਾਹਮਣੇ ਆ ਗਈਆਂ, ਮਤਲਬ ਮੇਰਾ ਖਿਆਲ ਨਹੀਂ ਵੀ ਕੋਈ ਇਸ ਗੱਲ ਨੂੰ ਪ੍ਰਵਾਨ ਕਰੇਗਾ। ਸੋ ਜਥੇਦਾਰ ਸਾਹਿਬਾਨਾਂ ਨੂੰ ਵੀ ਇਸ ਗੱਲ ਦਾ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਸਵਾਲ ਵੀ ਆ, ਉਹਨਾਂ ਦੀ ਪ੍ਰਤਿਸ਼ਠਾ ਦਾ ਸਵਾਲ ਵੀ ਆ, ਸੋ ਇਹ ਸਾਰੀਆਂ ਗੱਲਾਂ ਨੂੰ ਉਹ ਧਿਆਨ 'ਚ ਰੱਖਣਗੇ। ਔਰ ਖਾਲਸਾ ਪੰਥ ਦੀਆਂ ਜਿਹੜੀਆਂ ਭਾਵਨਾਵਾਂ ਨੇ, ਇਛਾਵਾਂ ਨੇ, ਜਿਹੜੀਆਂ ਝੁੰਦਾ ਕਮੇਟੀ ਦੇ ਵਿੱਚ ਪ੍ਰਗਟ ਹੋਈਆਂ ਨੇ, ਕਲਮਬੰਦ ਵੀ ਹੋਈਆਂ ਨੇ, ਉਹ ਜ਼ਰੂਰ ਮੇਰਾ ਖਿਆਲ ਧਿਆਨ। ਯਾਨੀ ਨਿਬੇੜਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਕੁਰਸੀ ਪਾਸੇ ਕਰਨ ਤੋਂ ਬਾਅਦ ਹੀ ਹੋਏਗਾ? ਇਹ ਅਸੀਂ ਨਹੀਂ ਕਹਿੰਦੇ, ਪੰਥ ਕਹਿੰਦਾ, ਲੋਕ ਕਹਿੰਦੇ ਨੇ, ਵਾਰ ਵਾਰ ਲੋਕ ਆਪਣੀਆਂ ਭਾਵਨਾਵਾਂ ਦੱਸ ਰਹੇ ਨੇ, ਉਹ ਤੋਂ ਬਾਅਦ ਤਾਂ ਕਈ ਗੱਲਾਂ ਐਸੀਆਂ ਨਵੀਆਂ ਆਈਆਂ ਜਿਹੜੀਆਂ ਗੱਲਾਂ ਮਤਲਬ ਸਪਸ਼ਟ ਕਰਦੀਆਂ ਨੇ ਕਿ ਇਹ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਹੈ। ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਹਿਰਾਂ ਨੇ ਸਭ ਤੋਂ ਉੱਤੇ ਕਹਿੰਦੇ ਨੇ ਕਿ ਬੇਸ਼ੱਕ ਸੁਖਬੀਰ ਸਿੰਘ ਬਾਦਲ ਨੇ ਖਿਮਾ ਯਾਚਨਾ ਪੱਤਰ ਜਿਹੜਾ ਹੈਗਾ ਉਹ ਦਿੱਤਾ ਔਰ ਉਹ ਪੱਤਰ ਸਾਹਮਣੇ ਵੀ ਆ ਗਿਆ, ਪਰ ਕਹਿੰਦੇ ਨੇ ਕਿ ਉਸ ਤੋਂ ਬਾਅਦ ਹੋਰ ਵੀ ਕਈ ਪਹਿਲੂ ਸਾਹਮਣੇ ਆਏ ਨੇ, ਪਰ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪ੍ਰਧਾਨਗੀ ਦੀ ਕੁਰਸੀ ਤਿਆਗੇ ਬਿਨਾਂ ਗੱਲ ਅੱਗੇ ਤੁਰਦੀ ਨਜ਼ਰ ਨਹੀਂ ਆਉਂਦੀ। ਦੇਖਦੇ ਹਾਂ ਫਿਲਹਾਲ ਵਾਰ ਪਲਟਵਾਰ ਜਾਰੀ ਨੇ, ਇਹ ਮਸਲਾ ਕਿੱਥੇ ਜਾ ਕੇ ਨਿਬੜੇਗਾ ਸਮਾਂ ਦੱਸੇਗਾ। ਕੈਮਰਾਮੈਨ ਰਜਿੰਦਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।